ਦੇ ਵੱਲੋਂ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਜੀ ਹਾਂ, ਦੱਸ ਦਈਏ ਕਿ ਹੁਣ ਚੋਰਾਂ ਦੇ ਵੱਲੋਂ ਇੱਕ ਪੁਰਾਤਨ ਮਾਤਾ ਦੇ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਮੂਰਤੀ ਦੇ ਜੋ ਗਲ ਦੇ ਵਿੱਚ ਗਹਿਣੇ ਪਾਏ ਹੋਏ ਸੀ, ਉਸ ਨੂੰ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਜੀ ਹਾਂ, ਮਾਮਲਾ ਸਾਹਮਣੇ ਆਇਆ ਪਠਾਨਕੋਟ ਤੋਂ, ਜਿੱਥੇ ਕਿ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੀਤੀ ਰਾਤ ਚੋਰਾਂ ਵੱਲੋਂ ਇੱਕ ਮੰਦਿਰ ਅਤੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸ ਦਈਏ ਕਿ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ 'ਚ ਪੈਂਦੇ ਪੁਰਾਤਨ ਬਾਗ ਵਾਲੀ ਮਾਤਾ ਮੰਦਿਰ ਦੇ ਵਿੱਚ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਇਸ ਚੋਰੀ ਦੌਰਾਨ ਮੰਦਿਰ 'ਚ ਸਥਾਪਿਤ ਮਾਤਾ ਦੀ ਮੂਰਤੀ ਦੇ ਗਲ 'ਚ ਪਾਏ ਗਹਿਣੇ ਉਤਾਰ ਕੇ ਚੋਰ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਮੰਦਿਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਮੰਦਿਰ ਬੰਦ ਕਰਕੇ ਘਰੋਂ ਚਲੇ ਗਏ ਸੀ। ਜਦੋਂ ਸੇਵਾਦਾਰ ਨੇ ਆ ਕੇ ਮੰਦਿਰ ਖੋਲਿਆ ਤਾਂ ਉਸ ਸਮੇਂ ਚੋਰੀ ਦੀ ਵਾਰਦਾਤ ਦਾ ਖੁਲਾਸਾ ਹੁੰਦਾ ਹੈ। ਹਾਲਾਂਕਿ ਚੋਰਾਂ ਦੇ ਵੱਲੋਂ ਪਿਛਲੇ ਸਾਲ ਵੀ ਇਸ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਫਿਲਹਾਲ ਹੁਣ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਘਟਨਾ ਤੁਹਾਨੂੰ ਦੱਸ ਦਈਏ ਕਿ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ, ਜਿਸ ਦੇ ਵਿੱਚ ਚੋਰ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਮੰਦਿਰ ਬਾਗ ਵਾਲੀ ਮਾਤਾ, ਅਸੀਂ ਸ਼ਾਮੀ ਮੰਦਿਰ ਬੰਦ ਕਰਕੇ ਚਲੇ ਗਿਆ। ਸਵੇਰੇ ਜਿਹੜੇ 4:15 ਸੇਵਾਦਾਰ ਦੂਜਾ ਆ ਉੱਤਮ, ਉਹਨੇ ਮੰਦਿਰ ਖੋਲਿਆ ਅਤੇ ਤਾਲੇ ਟੁੱਟੇ ਦੇ ਸੀ। ਡਾਂਗ ਨਾਲ ਅੰਦਰੋਂ ਸੋਨੇ ਦੀ ਨੱਥ, ਮਾਤਾ ਦੀ ਪੰਜੇਬਾਂ, ਚੈਨ, ਸੋਨੇ ਦੀ ਹਾਰ ਇਹ ਲਾ ਕੇ ਅਤੇ ਲੈ ਗਿਆ। ਅਤੇ ਫਿਰ ਅਸੀਂ 112 'ਤੇ ਫੋਨ ਕੀਤਾ ਅਤੇ ਉਸੇ ਵੇਲੇ ਪੁਲਿਸ ਆ ਗਈ ਹੈ। ਪੁਲਿਸ ਵਾਲੇ ਵੀ ਪੂਰਾ ਸਹਿਯੋਗ ਕੀਤਾ। 2 ਘੰਟੇ ਸਵੇਰੇ ਲਾ ਕੇ ਗਏ ਨੇ 4 ਤੋਂ 6। ਹੁਣ ਫਿਰ ਪੁਲਿਸ ਵਾਲੇ ਇਨਕੁਆਇਰੀ ਕਰਕੇ ਗਏ ਨੇ। ਇਹ ਗੱਲ 'ਚ ਆਇਆ ਪੂਰਾ, ਵੀਡੀਓ ਆਈ ਦੀ ਉਹਦੀ, ਵੀਡੀਓ ਪਾਈ ਆ, ਅਸੀਂ ਸ਼ੇਅਰ ਕੀਤੀ ਆ ਗਰੁੱਪਾਂ 'ਚ। ਇਹ ਡਾਂਗ ਨਾਲ ਉਹਨੇ ਕੀਤਾ, ਲਿਆ ਡਾਂਗ ਲਿਆ, ਪਿੱਛੇ ਵਾਲਾ ਦਰਵਾਜ਼ਾ ਤੋੜਿਆ ਉਹਨੇ, ਦਰਵਾਜ਼ਾ ਤੋੜ ਕੇ ਫਿਰ ਅੰਦਰ ਕੈਂਚੀ ਗੇਟ ਨੂੰ ਲੱਤਾਂ ਲਾ ਕੇ ਜ਼ੋਰ ਲਾਇਆ, ਉਹ ਨਹੀਂ ਨਿਕਲਿਆ। ਫਿਰ ਇਹ ਡਾਂਗ ਲੈ ਕੇ ਇਸ ਡਾਂਗ ਨਾਲ ਫਿਰ ਅੰਦਰੋਂ ਉਹਨੇ ਖਿੱਚਿਆ ਸਭ ਕੁਛ। ਨੁਕਸਾਨ ਹੁਣ 6 ਗ੍ਰਾਮ ਸੋਨੇ ਦੀ ਨੱਥ ਹੈ ਅਤੇ ਤਕਰੀਬਨ 250 ਗ੍ਰਾਮ ਚਾਂਦੀ ਹੈ। ਪਿਛਲੇ ਸਾਲ ਵੀ ਇਹਨੇ ਗੱਲਾ ਤੋੜਿਆ, ਉਹ ਗੱਲੇ 'ਚ ਪਿਛਲੇ ਸਾਲ ਦੇ ਪੈਸੇ ਆਏ ਸੀ, ਇਸ ਵਾਰ ਉਹਦੇ ਕੋਲੋਂ ਗੱਲਾ ਅੱਧਾ ਟੁੱਟਿਆ, ਪੂਰਾ ਨਹੀਂ ਟੁੱਟਿਆ। ਪੁਲਿਸ ਵਾਲਿਆਂ FIR ਕਰ ਲਈ ਹੈ। ਹੁਣ ਉਹ ਕਹਿੰਦੇ ਵੀ ਅਸੀਂ ਤੁਹਾਨੂੰ 1-2 ਦਿਨ 'ਚ ਬੰਦਾ ਫੜ ਕੇ ਦੇ ਕਾਰਵਾਈ ਕਰਾਂਗੇ। ਅੱਜ ਮਾਤਾ ਬਾਗ ਵਾਲੀ ਮਾਤਾ ਜੀ ਦੇ ਮੰਦਿਰ ਵਿੱਚ ਚੋਰੀ ਹੋਈ ਹੈ। ਇਹ ਚੋਰਾਂ ਦੇ ਹੌਸਲੇ ਇੰਨੇ ਕੁ ਬੁਲੰਦ ਹੋ ਗਏ ਕਿ ਪ੍ਰਸ਼ਾਸਨ ਅੱਗੇ ਅਸੀਂ ਪਹਿਲਾਂ ਵੀ ਅਪੀਲ ਕੀਤੀ ਸੀ, ਆਪ ਦੇ ਮੀਡੀਆ ਰਾਹੀਂ ਵੀ ਅਪੀਲ ਕੀਤੀ ਸੀ, ਮਗਰ ਪ੍ਰਸ਼ਾਸਨ ਵੱਲੋਂ ਇੰਨੀ ਕੁ ਯਾਨੀ ਕਿ ਅਣਦੇਖੀ ਕੀਤੀ ਜਾ ਰਹੀ ਹੈ ਕਿ ਇਹ ਹਫ਼ਤੇ ਦੇ ਵਿੱਚ ਵਿੱਚ ਕਮ ਸੇ ਕਮ 3 ਤੋਂ ਲੈ ਕੇ 4 ਤੱਕ ਚੋਰੀਆਂ ਜੋ ਨਰੋਡ ਮੈਰਿਜ ਵਿੱਚ ਹੋ ਗਈਆਂ। ਇੱਕ ਕਮਿਊਨਿਟੀ ਹਾਲ ਦੀ ਚੋਰੀ ਸੀ ਪਹਿਲੇ, ਦੂਸਰੀ ਇੱਕ ਹਲਵਾਈ ਦੀ ਦੁਕਾਨ 'ਤੇ ਚੋਰੀ ਹੋਈ ਹੈ, ਅੱਜ ਮਾਤਾ ਬਾਗ ਵਾਲੀ ਜੀ ਦੇ ਮੰਦਿਰ ਵਿੱਚ ਚੋਰੀ ਹੋਈ ਹੈ। ਮਾਤਾ ਬਾਗ ਵਾਲੀ ਜੀ ਮੰਦਿਰ ਦੇ ਵਿੱਚ ਚੋਰੀ ਜੋ ਹੋਈ ਹੈ, ਸੋਨੇ ਦੀ ਨੱਥ ਸੀ, ਪੈਰਾਂ ਦੀ ਪੰਜੇਬਾਂ ਸੀ, ਚਾਂਦੀ ਦਾ ਇੱਕ ਹਾਰ ਸੀ, ਹੋਰ ਨਕਦੀ ਵੀ ਕੁਛ ਇੱਥੋਂ ਚੋਰੀ ਹੈ, ਬਾਕੀ ਕਾਫੀ ਸਮਾਨ ਤੋੜਫੋੜ ਕੀਤਾ ਹੈ। ਮੇਰੀ ਪ੍ਰਸ਼ਾਸਨ ਅੱਗੇ ਔਰ ਮੀਡੀਆ ਅੱਗੇ ਇੰਨੀ ਬੇਨਤੀ ਹੈ ਕਿ ਇਹ ਜੇ ਚੋਰਾਂ ਨੂੰ ਠੱਲ ਪਾਈ ਜਾਏ ਤਾਂ ਜੋ ਅਸੀਂ ਘਰੋਂ ਇੱਕ ਨਿਕਲਣਾ ਸਾਡਾ ਤਾਂ ਮੁਸ਼ਕਿਲ ਹੋ ਗਿਆ, ਘਰ ਛੋਟੇ ਛੋਟੇ ਬੱਚੇ ਆ, ਫਿਰ ਉਸ ਤੋਂ ਬਾਅਦ ਯਾਨੀ ਕਿ ਘਰ ਹਰ ਇੱਕ ਦੇ ਘਰ ਵਿੱਚ ਇੰਨੀ ਫੈਸਿਲਿਟੀ ਨਹੀਂ ਹੁੰਦੀ। ਇਸ ਕਾਰਨ ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਚੋਰਾਂ ਨੂੰ ਜਿਹੜੀ ਠੱਲ ਪਾਈ ਜਾਏ ਤਾਂ ਜੋ ਇੱਕ ਚੰਗਾ ਵਾਤਾਵਰਨ ਸਾਡੇ ਪੰਜਾਬ ਨੂੰ, ਸਾਡੇ ਪਿੰਡਾਂ ਨੂੰ ਵਧੀਆ ਮਿਲੇ।
ਸਰ ਜੇ ਗੱਲ ਕਰੀਏ ਤਾਂ ਮੁਲਾਜ਼ਮ ਵੀ ਆਏ ਸੀ, ਮੁਲਾਜ਼ਮ ਵਾਸਤੇ ਕੀ ਆਸ਼ਵਾਸਨ ਦਿੱਤਾ ਗਿਆ ਤੁਹਾਨੂੰ? ਮੁਲਾਜ਼ਮਾਂ ਵੱਲੋਂ ਸਾਨੂੰ ਆਸ਼ਵਾਸਨ ਦਿੱਤਾ ਗਿਆ ਵੀ ਚੋਰਾਂ ਨੂੰ ਜਲਦੀ ਹੀ ਪਕੜ ਲਵਾਂਗੇ, ਕਿਉਂਕਿ CCTV ਦੇ ਵਿੱਚ ਫੁਟੇਜ ਸਾਹਮਣੇ ਆਈ ਹੈ, ਉਹਨਾਂ ਨੂੰ ਸ਼ੱਕ ਵੀ ਹੈ, ਦੇਖੋ ਸ਼ੱਕ ਦੇ ਆਧਾਰ 'ਤੇ ਫੜਦੇ ਆ ਜਾਂ ਕਿੱਦਾਂ ਵੀ ਫੜਦੇ ਆ, ਹੁਣ ਸਾਰੀ ਪ੍ਰਸ਼ਾਸਨ ਦੇ ਅੱਗੇ ਸਾਡੀ ਬੇਨਤੀ ਹੈ ਵੀ ਇਹ ਜਲਦੀ ਤੋਂ ਜਲਦੀ ਇਹ 'ਤੇ ਕਾਰਵਾਈ ਕੀਤੀ ਜਾਏ ਤਾਂ ਜੋ ਪਿੰਡ ਨੂੰ ਇੱਕ ਯਾਨੀ ਕਿ ਸਾਫ਼ ਸੁਥਰਾ ਰੱਖਿਆ ਜਾਏ। ਅਤੇ ਗੱਲ ਕਰੀਏ ਇਸ ਮੰਦਰ 'ਚ ਪਹਿਲਾਂ ਵੀ ਕਦੇ ਚੋਰੀ ਹੋ ਚੁੱਕੀ 2-3 ਵਾਰੀ? ਹਾਂ, ਪਹਿਲਾਂ ਵੀ ਮਾਤਾ ਜੀ ਦੇ ਮੰਦਰ ਵਿੱਚ ਚੋਰੀ ਹੋ ਚੁੱਕੀ, 2 ਵਾਰ ਪਹਿਲਾਂ ਵੀ ਚੋਰੀ ਹੋ ਚੁੱਕੀ, ਇੱਕ ਸੋਨੇ ਦੀ ਨੱਥ ਪਹਿਲਾਂ ਵੀ ਚੋਰੀ ਹੋਈ ਸੀ, ਔਰ ਕੁਛ ਪਹਿਲਾਂ ਵੀ ਬਲਬ ਵਗੈਰਾ ਹੋਰ ਸਮਾਨ ਕਾਫੀ ਚੋਰੀ ਹੋਇਆ ਸੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਆਈ ਹੋਈ ਅਤੇ ਨਾ ਹੀ ਕੋਈ ਇੱਥੇ ਯਾਨੀ ਕਿ ਚੋਰਾਂ ਦਾ ਯਾਨੀ ਕਿ ਹੋਰ ਲੱਗ ਸਕੇ, ਪਿੰਡਾਂ ਦੇ ਵਿੱਚ ਵੀ ਕਾਫੀ ਚੋਰੀਆਂ ਹੋ ਰਹੀਆਂ, ਮਗਰ ਪ੍ਰਸ਼ਾਸਨ ਵੱਲੋਂ ਬੜੀ ਹੀ ਇੱਕ ਘਟੀਆ ਮੈਂ ਕਹਿ ਸਕਦਾ ਵੀ ਯਾਨੀ ਕਿ ਸੋਚ ਹੈ ਜੋ ਅੱਜ ਤੱਕ ਇੱਥੇ ਕੋਈ ਕਾਰਵਾਈ ਨਹੀਂ ਹੋ ਰਹੀ। ਕੀ ਮੰਗ ਕਰਦੇ ਪ੍ਰਸ਼ਾਸਨ ਕੋਲ? ਅਸੀਂ ਪ੍ਰਸ਼ਾਸਨ ਅੱਗੇ ਆਪਣੇ SSP ਅੱਗੇ ਬੇਨਤੀ ਕਰਦੇ ਹਾਂ ਵੀ ਆਪਣੇ ਥਾਣਿਆਂ ਵਿੱਚ ਯਾਨੀ ਕਿ ਸਖ਼ਤ ਹਦਾਇਤਾਂ ਦੇ ਕੇ ਅਤੇ ਚੋਰਾਂ ਨੂੰ ਫੜਿਆ ਜਾਏ ਔਰ ਠੱਲ ਪਾਈ ਜਾਏ।